ਤੁਹਾਡੇ ਜ਼ਿਲ੍ਹਿਆਂ ਦੇ ਅਗਰਾਂਸ ਸਾਹਿਬ ਨੇ, ਚਾਹੇ ਲੱਖੋਵਾਲ ਸਾਹਿਬ ਸੀਗੇ ਕਿਸੇ ਵੇਲੇ ਉਹਨਾਂ ਦੇ ਬੇਟੇ ਆ, ਚਾਹੇ ਰਾਜੇਵਾਲ ਸਾਹਿਬ, ਰਾਜੇਵਾਲ ਸਾਹਿਬ ਦਾ ਅੱਜ ਬਿਆਨ ਤੁਸੀਂ ਸੁਣਿਆ ਹੋਣਾ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਇਹ ਬਲੈਕਮੇਲ ਕਰਨ ਲਈ ਜਿਹੜੇ ਉਹ ਆਪਣੇ ਆਪ ਹੀ ਪਤਾ ਨਹੀਂ ਕਿੰਨੇ ਸੌ ਦੀ ਗਿਣਤੀਆਂ 'ਚ ਨਾਂ ਬਣਾਈ ਬੈਠੇ ਆ, ਜਿਵੇਂ ਦੱਸਿਆ ਬਿੱਲਾ ਲਾਇਆ, ਅਤੇ ਅੱਜ ਉਹਨਾਂ ਨੇ ਆਪ ਕਿਹਾ ਵੀ ਇਹ ਬਹੁਤ ਵੱਡਾ ਬਲੈਕਮੇਲਿੰਗ ਦਾ ਧੰਦਾ ਸ਼ੁਰੂ ਹੋ ਗਿਆ, ਇਹ ਤੋਂ ਬਹੁਤ ਲੋਕ ਜਿਹੜੇ ਡਰਦੇ ਆ ਬਚਦੇ ਆ। ਉਦੋਂ ਬਾਅਦ ਇਹ ਗੱਲ ਚਲੋ ਛੱਡੋ, ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹੜੇ ਕਹਿੰਦੇ ਸੀ ਰੋਕਿਆ ਉਹ ਨੌਜਵਾਨ ਨੇ, ਇਹ ਬੱਚੇ ਇਹਨਾਂ ਨੇ ਮਰਵਾ ਤੇ, ਉਹ ਜਿਹਦੇ ਗੋਲੀ ਵੱਜੀ ਉਹਦਾ ਪਰਿਵਾਰ ਜਾਣੇ। ਅੱਜ ਕਿਵੇਂ ਕਿਸਾਨ ਲੀਡਰ ਨੇ ਜਿਹੜੇ, ਉਹ ਦੋ ਤਿੰਨ ਨੇ ਜਿਹੜੇ, ਚਾਰ ਨੇ, ਉਹ ਦਿੱਲੀ ਵੀ ਚਲੇ ਗਏ, ਦਿੱਲੀ 'ਚ ਉਤਰ ਕੇ ਪਾਰਲੀਮੈਂਟ 'ਚ ਵੀ ਚਲੇ ਗਏ, ਪਾਰਲੀਮੈਂਟ 'ਚ ਉਤਰ ਕੇ ਰਾਹੁਲ ਗਾਂਧੀ ਦੇ ਪਾਰਲੀਮੈਂਟ ਦੇ ਅੰਦਰ ਮਿਲ ਕੇ ਵੀ ਫੋਟੋਆਂ ਖਿਚਾ ਲਿਆ, ਬਾਹਰ ਖੜ੍ਹੇ ਮੀਡੀਆ ਨਾਲ ਸੰਬੋਧਨ ਕਰ ਰਹੇ ਸੀ, ਅਤੇ ਉਹ ਗੱਡੀਆਂ 'ਚ ਬਹਿ ਕੇ ਦਿੱਲੀ ਤੋਂ ਵਾਪਸ ਆ ਕੇ ਫਿਰ ਸ਼ੰਭੂ ਬਹਿ ਗਏ। ਫਿਰ ਭਾਈ ਦਿੱਲੀ ਤਾਂ ਤੁਸੀਂ ਪਹੁੰਚ ਗਏ ਸੀ, ਹੋਰ ਦਿੱਲੀ ਕਿਵੇਂ ਪਹੁੰਚਣਾ ਸੀ, ਅਤੇ ਕੌਣ ਰੋਕਦਾ ਤੁਹਾਨੂੰ ਦਿੱਲੀ ਪਹੁੰਚਣ? ਗੱਡੀ ਗੱਲ ਹੈ, ਤੁਸੀਂ ਦਿੱਲੀ ਕਿਸ ਤਰੀਕੇ ਨਾਲ ਜਾਣਾ ਚਾਹੁੰਦੇ ਹੋ, ਬੱਸ 'ਚ ਜਾਣਾ ਚਾਹੁੰਦੇ ਹੋ, ਟ੍ਰੇਨ 'ਚ ਜਾਣਾ ਚਾਹੁੰਦੇ ਹੋ, ਜਹਾਜ਼ 'ਚ ਜਾਣਾ ਚਾਹੁੰਦੇ ਹੋ, ਗੱਡੀ 'ਚ ਜਾਣਾ ਚਾਹੁੰਦੇ ਹੋ, ਜਾਓ, ਕੌਣ ਰੋਕਦਾ ਤੁਹਾਨੂੰ? ਹਾਂ, ਜੇ ਤੁਸੀਂ ਅਸਲੇ ਲੈ ਕੇ, ਜੇ ਤੁਸੀਂ ਡੰਡੇ ਕਿਰਪਾਨਾਂ ਗੰਡਾਸੇ ਲੈ ਕੇ ਜਾਓਗੇ, ਫਿਰ ਕੌਣ ਜਾਣ ਦੇ ਦੂ, ਤੁਸੀਂ ਜਾ ਕੇ ਜਾਂ ਮੈਂ ਲਾ ਕੇ ਦਿਖਾ ਲਵਾਂ? ਸਾਰੇ ਤੁਸੀਂ ਫੋਟੋਆਂ ਦੇਖੀਆਂ, ਇੱਥੋਂ ਇਹ ਗੱਲ ਐਕਸਪੋਜ਼ ਹੋ ਗਈ ਵੀ ਕੋਈ ਰੋਕਿਆ ਨਹੀਂ, ਅਤੇ ਪਾਰਲੀਮੈਂਟ ਤੋਂ ਵੱਡੀ ਜਗ੍ਹਾ ਹੀ ਨਹੀਂ ਗੀ, ਜਿੱਥੇ ਕਾਨੂੰਨ ਬਣਦੇ ਉਸ ਪਾਰਲੀਮੈਂਟ 'ਚ ਕਮਰਿਆਂ 'ਚ ਬੈਠੇ ਸੀਗੇ, ਉੱਥੇ ਸਾਰੀ ਗੱਲ ਕਰਕੇ ਆਏ ਨੇ। ਅਤੇ ਹੁਣ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦੇ ਹਾਂ, ਪਿੰਡਾਂ 'ਚ ਹੁਣ ਤੁਸੀਂ ਦੇਖ ਲਿਆ ਵੀ ਜਿਹੜਾ ਕਹਿੰਦੇ ਸੀ ਬੀਜੇਪੀ ਦੀ ਸਰਕਾਰ ਰੋਕਦੀ ਹੈ, ਜੇ ਗੱਲ ਕਰਨ ਗਏ ਤਾਂ ਦਿੱਲੀ ਦੇ ਅੰਦਰ ਪਾਰਲੀਮੈਂਟ 'ਚ ਵੀ ਬੈਠ ਕੇ ਆਏ ਨੇ। ਹਾਂ, ਜੇ ਆਪਾਂ ਮਰਨ ਲੜਨ ਜਾਣਾ, ਕੁੱਟਣ ਜਾਣਾ, ਫਿਰ ਤਾਂ ਕਾਨੂੰਨ ਨੇ ਆਪਣਾ ਕੰਮ ਕਰਨਾ, ਉਹ ਕੋਈ ਵੀ ਸਰਕਾਰ ਹੋਵੇ।